ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਹਰ ਰੋਜ਼ ਜੋ ਯੁਵਰਾਜ ਮੋਟਰ ਗੈਰਜ ਕਰਤਾਰਪੁਰ ਰੋਡ ਕਪੂਰਥਲਾ ਵਿਖੇ ਹਰੇਕ ਬਿਮਾਰੀ ਵਾਸਤੇ ਆਪਾਂ ਵੀਰ ਕ੍ਰਾਸ ਦਾ ਲੰਗਰ ਤਿਆਰ ਕਰ ਰਹੇ ਹਾਂ। ਸੋ ਮੇਰੀ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਆਪਾਂ ਸਮੇਂ ਸਿਰ ਆ ਕੇ ਇਸ ਵੀਟ ਗ੍ਰਾਸ ਦਾ ਲਾਹਾ ਪ੍ਰਾਪਤ ਕਰੀਏ। ਤਕਰੀਬਨ ਸਾਡੇ ਕੋਲੋਂ 7:30 ਵਜੇ ਸੰਗਤ ਪਹੁੰਚ ਜਾ ਕਰੇ ਅਤੇ 8 ਵਜੇ ਤੱਕ ਆਪਾਂ ਸਾਰਾ ਕਾਰਜ ਫਤਿਹ ਕਰਕੇ ਸਮਾਪਤੀ ਕਰ ਦਿਆ ਕਰੀਏ। ਸੋ ਜਿਨ੍ਹਾਂ ਜਿਨ੍ਹਾਂ ਵੀਰਾਂ 'ਤੇ ਜਾਂ ਮੇਰੀਆਂ ਭੈਣਾਂ 'ਤੇ ਕੋਈ ਨਾ ਕੋਈ ਕਿਰਪਾ ਹੋ ਰਹੀ ਹੈ, ਇਸ ਦਵਾਈ ਦਾ ਅਸਰ ਹੋ ਰਿਹਾ ਹੈ, ਅਤੇ ਸਾਨੂੰ ਜ਼ਰੂਰ ਸ਼ੇਅਰ ਕਰਿਆ ਕਰੋ। ਅੱਜ 2-3 ਮੇਰੇ ਵੀਰਾਂ ਨੇ ਮੈਨੂੰ ਗੱਲ ਦੱਸੀ ਕਿ ਬਾਬਾ ਜੀ, ਸਾਨੂੰ ਬਹੁਤ ਆਪਣੇ ਆਪ ਨੂੰ ਮਹਿਸੂਸ ਹੋ ਰਿਹਾ ਕਿ ਸਾਨੂੰ ਸਿਹਤ ਦੇ ਵਿੱਚ ਕਾਫੀ ਫਰਕ ਹੈ। ਸੋ ਇਸ ਤਰ੍ਹਾਂ ਸਾਡੇ ਨਾਲ ਜ਼ਰੂਰ ਆਪਣਾ ਦੁੱਖ ਸਾਂਝਾ ਕਰਿਆ ਕਰੋ, ਉਹਦੇ ਨਾਲ ਕਿ ਸਾਡਾ ਉਤਸ਼ਾਹ ਵਧੇਗਾ, ਸਾਨੂੰ ਵੀ ਪਤਾ ਲੱਗੇਗਾ ਕਿ ਜਿਹੜੀ ਅਸੀਂ ਸੇਵਾ ਕਰ ਰਹੇ ਹਾਂ ਉਹ ਸਫਲ ਹੋ ਰਹੀ ਹੈ। ਇਹ ਮੇਰੀ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਸਮੇਂ ਨਾਲ ਆ ਕੇ ਸਾਡੇ ਕੋਲੋਂ ਇਹ ਵੀਟ ਗ੍ਰਾਸ ਦਾ ਲਾਹਾ ਪ੍ਰਾਪਤ ਕਰੋ। 7:30 ਵਜੇ ਤਕਰੀਬਨ ਸਾਡੇ ਕੋਲ ਸਾਰੀ ਸੰਗਤ ਪਹੁੰਚ ਜਾ ਕਰੇ। ਜਿਹੜਾ ਸਾਡੇ ਕੋਲ 8 ਵਜੇ ਤੱਕ ਆਵੇਗਾ ਉਸਨੂੰ ਅਗਲੇ ਦਿਨ ਜੋ ਵੀਟ ਗ੍ਰਾਸ ਪਿਲਾਇਆ ਜਾਵੇਗਾ, ਕਿਉਂਕਿ ਸਾਨੂੰ ਪਤਾ ਲੱਗੇ ਕਿ ਅੱਜ ਸੰਗਤ ਕਿੰਨੀ ਕੁ ਸਾਡੇ ਕੋਲ ਪਹੁੰਚੀ। ਅੱਜ ਬੜੀ ਸਤਿਗੁਰਾਂ ਦੀ ਕਿਰਪਾ ਹੋਈ, ਅੱਜ ਕਾਫੀ ਸੰਗਤ ਨਵੀਂ ਜਿਹੜੀ ਅੱਜ ਬਟਾਲੇ ਤੋਂ ਵੀ ਸੰਗਤ ਪਹੁੰਚੀ। ਦੇਖੋ ਕਿੱਡੀ ਕਿਰਪਾ, ਬਟਾਲੇ ਉਹ ਲਾਗੇ ਨਹੀਂ ਕਹਿ ਸਕਦੇ, ਬਟਾਲਾ ਬਹੁਤ ਦੂਰ ਪੈ ਜਾਂਦਾ। ਇਹ ਸੰਗਤ 5 ਵਜੇ ਦੇ ਆਣ ਕੇ ਵਿਚਾਰੇ ਇੱਥੇ ਬਾਹਰ ਖੜ੍ਹੇ ਹੋਏ ਆ। ਇਸ ਕਰਕੇ ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਆਪਾਂ ਸਹੀ ਗਾਈਡ ਕਰਨਾ ਵੀ ਭਾਈ ਜਦੋਂ ਵੀ ਜਾਣਾ ਉੱਥੇ 7:30 ਵਜੇ ਪਹੁੰਚੋ। ਆਪਾਂ ਇਹ ਨਾ ਕਹਿ ਦਿਆ ਕਰੀਏ ਵੀ ਤੁਸੀਂ ਸਮੇਂ ਨਾਲ ਤੜਕੇ ਪਹੁੰਚ ਜਾਓ, ਫਿਰ ਤਾਂ ਬਾਹਰ ਖਰਾਬ ਹੁੰਦੇ ਆ। ਜੋ ਆਪਣਾ ਕਿਹੜਾ ਕੋਈ ਡੇਰਾ ਜਾਂ ਕੋਈ ਆਪਣੇ ਕੋਲ ਅਰੇਂਜਮੈਂਟ ਆ ਵੀ ਰਾਤ ਰਹਿਣ ਦਾ ਜਾਂ ਸਮੇਂ ਸਿਰ ਆ ਕੇ ਕੋਈ ਇਹਨਾਂ ਦੀ ਸੇਵਾ ਕਰ ਸਕੀਏ ਲੰਗਰ ਪਾਣੀ ਦੀ। ਇਸ ਕਰਕੇ ਮੇਰੀ ਸਾਰਿਆਂ ਨੂੰ ਇਹ ਬੇਨਤੀ ਆ ਵੀ ਸਾਰਾ ਜਦੋਂ ਵੀ ਆਪਾਂ ਦੱਸਣਾ ਸਹੀ ਗਾਈਡ ਕਰਨਾ ਵੀ 7:30 ਵਜੇ ਤੱਕ ਉੱਥੇ ਪਹੁੰਚੋ, 8 ਵਜੇ ਤੱਕ ਆਪਾਂ ਨੂੰ ਵੀਟ ਗ੍ਰਾਸ ਜੋ ਤਿਆਰ ਮਿਲ ਜਾ ਕਰਨਾ। ਮੈਂ ਧੰਨਵਾਦ ਕਰਦਾ ਸਾਰੇ ਸੇਵਾਦਾਰਾਂ ਦਾ ਜੋ ਸਮੇਂ ਨਾਲ ਆਣ ਕੇ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ। ਹੋਰ ਵੀ ਕੋਈ ਮੇਰਾ ਵੀਰ ਸੇਵਾ ਕਰਨੀ ਚਾਹੁੰਦਾ ਤੇ ਸਮੇਂ ਸਿਰ ਆਣ ਕੇ ਜਿੱਥੇ ਆਪਣੀ ਡਿਊਟੀ ਭੁਗਤਾਇਆ ਕਰੀਏ, ਇਹੀ ਇਲਾਕਾ ਹੈ, ਇਹ ਜੋ ਆਪਾਂ ਕਰ ਰਹੇ ਹਾਂ ਇਹੀ ਸਫਲ ਹੈ। ਮਨੁੱਖਤਾ ਦੇ ਭਲੇ ਵਾਸਤੇ ਜਿੰਨੇ ਵੀ ਕਾਰਜ ਕਰੀਏ ਉਹ ਸਾਰੇ ਹੀ ਬਹੁਤ ਵਧੀਆ ਹਨ। ਇਸ ਕਰਕੇ ਮੇਰੀਆਂ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਿਓ। ਇੱਥੇ ਹੀ ਦਾਸ ਖਿਮਾ ਦਾ ਜਾਚਕ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।